ਸਭ ਤੋਂ ਪਹਿਲਾਂ ਗੀਤਾਂ ਦੇ ਵਿੱਚ ਆਏ ਸੀਗੇ ਤੇ ਤੁਸੀਂ ਕਦੇ ਸੋਚਿਆ ਸੀ ਕਿ ਤੁਸੀਂ ਇਸ ਤਰ੍ਹਾਂ ਮੂਵੀ ਦੇ ਵਿੱਚ ਵੀ ਕੰਮ ਕਰੋਗੇ ਜਾਂ ਕਦੇ ਤੁਸੀਂ ਖੁਆਬ ਵੀ ਦੇਖਦੇ ਹੋ ਨੇ ਆਪਾਂ ਨੇ ਵੀ ਅੱਜ ਆਪਾਂ ਗਾਣੇ ਦੇ ਵਿੱਚ ਕੱਲ ਆਪਾਂ ਮੂਵੀ ਦੇ ਵਿੱਚ ਵੀ ਕੰਮ ਕਰਾਂਗੇ ਬਿਲਕੁਲ ਆਈ ਥਿੰਕ ਸੁਪਨੇ ਦੇਖਣੇ ਚਾਹੀਦੇ ਆ ਤਾਂ ਹੀ ਤੁਹਾਡੇ ਸੁਪਨੇ ਪੂਰੇ ਹੁੰਦੇ ਆ ਡੈਫੀਨਿਟਲੀ ਮੈਂ ਬੜੀ ਸ਼ੌਰ ਸੀ ਵੀ ਮੈਂ ਫਿਲਮਾਂ ਚਾਹਣਾ ਸ਼ੂਟਰ ਦੇ ਵਿੱਚ ਜਿੰਨਾ ਪਿਆਰ ਮਿਲਿਆ ਸੀ ਕਿ ਲੱਗਦਾ ਇਸ ਦੇ ਵਿੱਚ ਤੁਹਾਨੂੰ ਉਸ ਤੋਂ ਵੀ ਜ਼ਿਆਦਾ ਪਿਆਰ ਮਿਲੂਗਾ ਉੱਥੋਂ ਜਿੰਨੇ ਵੀ ਲੋਕ ਮੇਰੇ ਨਾਲ ਉਸ ਫਿਲਮ ਤੋਂ ਜੁੜਿਆ ਇਸ ਮੈਡਲ ਫਿਰ ਚੋਬਰ ਤੋਂ ਵੀ ਜੁੜਿਆ ਸੋ ਪਹਿਲਾਂ ਮੈਂ ਕੱਲਾ ਸੀ ਹੁਣ ਮੇਰੇ ਨਾਲ ਬਹੁਤ ਸਾਰੇ ਜਾਣੇ ਹੈਗੇ ਨੇ ਤੁਸੀਂ ਜੇ ਆਪਾਂ ਰੀਅਲ ਲਾਈਫ ਦੀ ਗੱਲ ਕਰੀ ਤਾਂ ਰੀਅਲ ਲਾਈਫ ਦੇ ਵਿੱਚ ਕਿਦਾਂ ਦੇ ਹੋ ਹਾਂ ਇਮੋਸ਼ਨਲ ਆ ਬਹੁਤ ਜ਼ਿਆਦਾ ਇਮੋਸ਼ਨਲ ਐਕਚੁਅਲੀ ਤੇ ਅਸਲ ਚ ਮੂਵੀ ਦੇ ਵਿੱਚ ਇਦਾਂ ਕਿ ਜਿੰਨਾ ਕਿ ਤੁਸੀਂ ਮੈਨੂੰ ਗਾਣਿਆਂ 'ਚ ਦੇਖਿਆ ਉਹ ਮੂਵੀ ਵਿੱਚ ਤੁਰਦੀ ਤੁਸੀਂ ਫਿਰ ਮੈਡਲ ਮੂਵੀ ਦਾ ਨਾਮ ਤਾਂ ਰੱਖਿਆ ਤੇ ਰੀਅਲ ਲਾਈਫ ਦੇ ਵਿੱਚ ਕਿੰਨੇ ਕੁ ਮੈਡਲ ਹਾਸਲ ਕੀਤੇ ਨੇ ਮੇਰੇ ਕੋ ਹੈਗੇ ਜੀ 63 64 ਮੈਡਲ ਨਹੀਂ ਨਹੀਂ ਤੁਸੀਂ ਕੀ ਕਹਿ ਰਹੇ ਸੀ 64 ਜਾਣ ਕੇ ਮਤਲਬ ਕੀ ਇਧਰ ਕੀ ਕਰਤੀ ਆ ਤੋਂ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਕੋਈ ਵੀ ਇੱਕ ਬੰਦਾ ਵੀ ਮੈਨੂੰ ਜੇ ਕੋਈ ਵੀ ਕਿਤੇ ਬੈਠਾ ਦੇਖ ਰਿਹਾ ਤਾਂ ਉਹ ਮੋਟੀਵੇਟਿਡ ਫੀਲ ਕਰੀ ਉਹਨੂੰ ਇਦਾਂ ਲੱਗੇ ਕਿ ਜੇ ਇਹ ਕਰ ਸਕਦਾ ਤਾਂ ਅਸੀਂ ਵੀ ਕਰ ਸਕਦੇ ਆ ਇੱਕ ਸਵਾਲ ਦੋਨਾਂ ਲਈ ਆ ਮੈਮ ਤੇ ਸਰ ਜਿੱਦਾਂ ਕਦੇ ਮੂਵੀ ਸ਼ੂਟ ਕਰਦੇ ਸੀ ਤੁਸੀਂ ਕੋਈ ਐਤਾਂ ਦੀ ਗੱਲਬਾਤ ਹੋਈ ਹੋਵੇ ਜਿਹਦੇ ਵਿੱਚ ਜਾਂ ਤਾਂ ਬਹੁਤ ਜ਼ਿਆਦਾ ਗੁੱਸਾ ਆਇਆ ਹੋਵੇ ਜਾਂ ਬਹੁਤ ਜ਼ਿਆਦਾ ਹਾਸਾ ਆਇਆ ਹੋਵੇ ਅੱਧੀ ਫਿਲਮ 'ਚ ਤੁਸੀਂ ਬਹੁਤ ਜ਼ਿਆਦਾ ਗੁੱਸੇ ਜੀ ਆ ਮੈਨੂੰ ਸਾਰੇ ਕਹਿੰਦੇ ਆਈ ਚੀਜ਼ ਕਿ ਇਹਦੇ 'ਚ ਬਹੁਤ ਜ਼ਿਆਦਾ ਐਟੀਟਿਊਡ ਆ ਨਹੀਂ ਅਸੀਂ ਨਹੀਂ ਕਹਿੰਦੇ ਬਸ ਸਵਾਲ ਹਾਂ ਮੈਂ ਨਹੀਂ ਤੁਸੀਂ ਸਵਾਲ ਕੀਤਾ ਮੇਰੇ ਤੱਕ ਤਾਂ ਪਹੁੰਚ ਹੀ ਜਾਂਦੀ ਆ ਉਹ ਚੀਜ਼ ਨਾ ਇੰਡਸਟਰੀ 'ਚ ਵੀ ਕਈ ਜਣੇ ਕਹਿ ਦਿੰਦੇ ਆ ਇਦ 'ਚ ਈਗੋ ਆ ਪ੍ਰੋਬਲਮ ਪਤਾ ਸੋ ਹੁਣ ਮੈਂ ਵਧੀਆ ਕੌਨਫੀਡੈਂਟ ਵੀ ਫੀਲ ਕਰਦਾ ਐਂਡ ਮੈਨੂੰ ਭਰੋਸਾ ਵੀ ਹੈ ਕਿ ਸਾਰੇ ਜਾਣੇ ਇਸ ਫਿਲਮ ਨੂੰ ਜ਼ਰੂਰ ਦੇਖ ਕੇ ਆਉਣਗੇ। ਕਹੋਣੇ ਤਬਉਦਾ ਤੈਨੂੰ ਐਵੇਂ ਲੱਪੇ ਬਹਾਨੇ ਵੇ ਤੀਜੇ ਪਿੰਡ ਦਾ ਰੋਣਾ ਵਿੱਚ ਤੂੰ ਜਾਣ ਕੇ ਜਾਣਾ ਵੇ ਤੀਜੇ ਪਿੰਡ ਦਾ ਰੋਣਾ ਵਿੱਚ ਤੂੰ ਜਾਣ ਕੇ ਜਾਣਾ ਵੇ ਨਾ ਕਰੋ ਚਾਲੀਦ ਸੱਚੀ ਕਾਲ ਮਿਰਪਿਤਕੌਰ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਲੋ ਜੀ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਅਸੀਂ ਤੁਹਾਨੂੰ ਮੁੱਦੇ ਤੇ ਲੈ ਚਲਦੇ ਆਂ ਫਿਲਮ ਜਿਹੜੀ ਰਿਲੀਜ਼ ਹੋਣ ਜਾ ਰਹੀ ਆ 2 ਜੂਨ ਨੂੰ ਮੈਡਲ ਤੇ ਉਸ ਦੇ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ ਜ਼ਹਿਰ ਦਾ ਮਾਂ ਤੇ ਬਾਨੀ ਸੰਤੋਜੀ ਦੇ ਨਾਲ ਕੀ ਕਹਿੰਦੇ ਨੇ ਉਸ ਮੂਵੀ ਲੈ ਕੇ ਕਿਦਾਂ ਦਾ ਐਕਸਪੀਰੀਅੰਸ ਉਹਨਾਂ ਦਾ ਰਿਹਾ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਸੋ ਮੱਚ ਥੈਂਕ ਯੂ ਤੁਹਾਡਾ ਹੀ ਮੈਮ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸਸ਼ਕਾ ਤੇ ਸਭ ਤੋਂ ਵੱਡੀ ਗੱਲ ਕੀ ਆ ਮੈਂ ਇਹੀ ਪੁੱਛਣਾ ਚਾਹਾਂਗੀ ਪਹਿਲਾਂ ਦੱਸੋ ਵੀ ਬੋਰ ਤਾਂ ਨਹੀਂ ਹੋਏ ਤੁਸੀਂ ਸਵੇਰ ਤੋਂ ਜਦਾਂ ਨਾ ਇੰਟਰਵਿਊ ਤੇ ਇੰਟਰਵਿਊ ਹੋ ਰਹੀਆਂ ਲੱਗ ਨਹੀਂ ਨਹੀਂ ਮੈਨੂੰ ਵਧੀਆ ਲੱਗਦਾ ਕਿ ਤੁਸੀਂ ਤੁਸੀਂ ਇੰਨੀ ਦੂਰੋਂ ਚੱਲ ਕੇ ਆਉਂਨੇ ਹੋ ਤੁਸੀਂ ਹਨਾ ਗੱਲ ਪੁੱਛਣ ਲਈ ਆਉਂਨੇ ਹੋ ਸੋ ਇਦਾਂ ਬੋਰ ਵਾਲੀ ਕੋਈ 1% ਵੀ ਗੱਲ ਨਹੀਂ ਗਈ ਪਹਿਲਾਂ ਮੈਂ ਸਵਾਲ ਤੁਹਾਨੂੰ ਆ ਕਿ ਤੁਹਾਡੀ ਮੂਵੀ ਆਈ ਹੈ ਤੇ ਤੁਸੀਂ ਸਭ ਤੋਂ ਪਹਿਲਾਂ ਗੀਤਾਂ ਦੇ ਵਿੱਚ ਆਏ ਸੀਗੇ ਤੇ ਤੁਸੀਂ ਕਦੇ ਸੋਚਿਆ ਸੀ ਕਿ ਤੁਸੀਂ ਇਸ ਤਰ੍ਹਾਂ ਮੂਵੀ ਦੇ ਵਿੱਚ ਵੀ ਕੰਮ ਕਰੋਗੇ ਜਾਂ ਕਦੇ ਤੁਸੀਂ ਖੁਆਬ ਵੀ ਦੇਖਦੇ ਹੋ ਨੇ ਆਪਾਂ ਹਨਾ ਵੀ ਅੱਜ ਆਪਾਂ ਗਾਣੇ ਦੇ ਵਿੱਚ ਕੱਲ ਆਪਾਂ ਮੂਵੀ ਦੇ ਵਿੱਚ ਵੀ ਕੰਮ ਕਰਾਂਗੇ ਬਿਲਕੁਲ ਆਈ ਥਿੰਕ ਸੁਪਨੇ ਦੇਖਣੇ ਚਾਹੀਦੇ ਆ ਤਾਂ ਹੀ ਤੁਹਾਡੇ ਸੁਪਨੇ ਪੂਰੇ ਹੁੰਦੇ ਆ ਡੈਫੀਨਿਟਲੀ ਮੈਂ ਬੜੀ ਸ਼ੋਰ ਸੀ ਵੀ ਮੈਂ ਫਿਲਮਾਂ ਚ ਜਾਣਾ ਤੇ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਇਸ ਮੂਵੀ ਦੇ ਵਿੱਚ ਤੁਹਾਡਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਮੇਰਾ ਬਹੁਤ ਪੋਜ਼ਿਟਿਵ ਸੀਗਾ ਸਾਰਾ ਕੁਝ ਬਹੁਤ ਚੰਗਾ ਰਿਹਾ ਐਕਸਪੀਰੀਅੰਸ ਤੇ ਜੇ ਆਪਾਂ ਗੱਲ ਕਰੀਏ ਗੀਤਾਂ ਦੀ ਗੀਤਾਂ ਦੇ ਵਿੱਚ ਲੁੱਕ ਤੁਹਾਡੀ ਵੱਖਰੀ ਆ ਤੇ ਇਸ ਮੂਵੀ ਦੇ ਵਿੱਚ ਜੇ ਲੁੱਕ ਦੀ ਗੱਲ ਕਰੀਏ ਤਾਂ ਸਭ ਤੋਂ ਵੱਖਰੀ ਦੇਖਣ ਨੂੰ ਮਿਲਿਆ ਕੀ ਮਤਲਬ ਕਿ ਰੀਜ਼ਨ ਕੀ ਹੈ ਤੇ ਜੇ ਦੇਖਿਆ ਜਮ ਤਾਂ ਬਹੁਤ ਜ਼ਿਆਦਾ ਸੈਡ ਹੋ ਤੁਸੀਂ ਹੈ ਨਾ ਪੋਸਟਰ ਦੀ ਗੱਲ ਕਰ ਲਈ ਪਿੱਛੇ ਪੋਸਟਰ ਲੱਗਿਆ ਹੋਇਆ ਉਸ ਦੇ ਵਿੱਚ ਅੱਖਾਂ ਦੇ ਵਿੱਚ ਹੰਝੂ ਆ ਰਹੇ ਨੇਗੇ ਤੇ ਤੁਸੀਂ ਜੇ ਆਪਾਂ ਰੀਅਲ ਲਾਈਫ ਦੀ ਗੱਲ ਕਰੀਏ ਤਾਂ ਰੀਅਲ ਲਾਈਫ ਦੇ ਵਿੱਚ ਤੇ ਅਸਲ ਚ ਮੂਵੀ ਦੇ ਵਿੱਚ ਇਦਾਂ ਕਿ ਜਿੰਨਾ ਕਿ ਤੁਸੀਂ ਮੈਨੂੰ ਗਾਣਿਆਂ 'ਚ ਦੇਖਿਆ ਉਹ ਇਹ ਮੂਵੀ ਵਿੱਚ ਤੋੜੂਗੀ ਤੇ ਸਰ ਆਪਾਂ ਗੱਲ ਕਰਦਾ ਹਾਂ ਤੁਹਾਡੇ ਨਾਲ ਤੇ ਤੁਹਾਡੀ ਇਹ ਮੂਵੀ ਆ ਰਹੀ ਹੈ ਤੇ ਇਸ ਤੋਂ ਪਹਿਲਾਂ ਤੁਸੀਂ ਸ਼ੂਟਰ ਤੇ ਚੋਬਰ ਮੂਵੀ ਵੀ ਕੀਤੀ ਸੀਗੀ ਸ਼ੂਟਰ ਦੇ ਵਿੱਚ ਜਿੰਨਾ ਪਿਆਰ ਮਿਲਿਆ ਸੀ ਕਿ ਲੱਗਦਾ ਇਸ ਦੇ ਵਿੱਚ ਤੁਹਾਨੂੰ ਉਸ ਤੋਂ ਵੀ ਜ਼ਿਆਦਾ ਪਿਆਰ ਮਿਲੇਗਾ ਹਾਂਜੀ 100% ਇਦਾਂ ਲੱਗਦਾ ਜਦਾਂ ਇਹਦਾ ਡਿਫਰੈਂਸ ਤੁਸੀਂ ਟ੍ਰੇਲਰ ਤੋਂ ਲਗਾ ਸਕਦੇ ਹੋ ਕਿਉਂਕਿ ਟ੍ਰੇਲਰ ਨੂੰ ਸ਼ੂਟਰ ਦੇ ਟ੍ਰੇਲਰ ਨੂੰ ਵੀ ਮਿਲਿਆ ਸੀਗਾ ਪਿਆਰ ਬਟ ਜਿਹੜਾ ਮੈਡਲ ਦਾ ਟ੍ਰੇਲਰ ਆ ਇਹ ਉਦੋਂ ਮੈਂ ਬਿਲਕੁਲ ਹੀ ਨਿਆ ਨਵਾਂ ਸੀਗਾ ਹਨਾ ਪਰ ਉੱਥੋਂ ਜਿੰਨੇ ਵੀ ਲੋਕ ਮੇਰੇ ਨਾਲ ਉਸ ਫਿਲਮ ਤੋਂ ਜੁੜਿਆ ਇਸ ਮੈਡਲ ਫਿਰ ਚੋਬਰ ਤੋਂ ਵੀ ਜੁੜਿਆ ਸੋ ਪਹਿਲਾਂ ਮੈਂ ਕੱਲਾ ਸੀ ਹੁਣ ਮੇਰੇ ਨਾਲ ਬਹੁਤ ਸਾਰੇ ਜਾਣੇ ਹੈਗੇ ਨੇ ਸੋ ਹੁਣ ਮੈਂ ਵਧੀਆ ਕੰਫੀਡੈਂਟ ਵੀ ਫੀਲ ਕਰਦਾ ਐਂਡ ਮੈਨੂੰ ਭਰੋਸਾ ਵੀ ਹੈ ਕਿ ਸਾਰੇ ਜਾਣੇ ਇਸ ਫਿਲਮ ਨੂੰ ਜ਼ਰੂਰ ਦੇਖ ਕੇ ਆਉਣਗੇ ਇੱਕ ਆਪਾਂ ਸਟਾਰ ਦੀ ਗੱਲ ਕਰਦੇ ਆਂ ਵੀ ਤੁਸੀਂ ਪਹਿਲਾਂ ਵੱਡੇ ਵੱਡੇ ਸਟਾਰਾਂ ਦੇ ਨਾਲ ਕੰਮ ਕੀਤਾ ਪਰ ਅੱਜ ਤੁਸੀਂ ਖ ਫੀਲ ਹੁੰਦਾ ਤੁਹਾਨੂੰ ਤੁਸੀਂ ਮਿਹਨਤ ਕਰਕੇ ਅੱਗੇ ਆਇਓ ਅ ਇਦਾਂ ਮੈਂ ਇਹ ਨਹੀਂ ਕਹਿ ਸਕਦਾ ਕਿ ਮਾੜਾ ਫੀਲ ਹੁੰਦਾ ਬਹੁਤ ਵਧੀਆ ਫੀਲ ਹੁੰਦਾ ਪਰ ਮੈਂ ਇਦਾਂ ਚਾਹੁੰਦਾ ਕਿ ਅ ਹਰ ਬੰਦਾ ਜਿਹੜਾ ਵੀ ਬੰਦਾ ਮਿਹਨਤ ਕਰਦਾ ਉਹਨੂੰ ਉਹਦਾ ਮੰਗਾਮ ਮਿਲਣਾ ਚਾਹੀਦਾ ਚਾਹੇ ਮੈਂ ਆ ਚਾਹੇ ਕੋਈ ਵੀ ਹੋਵੇ ਸੋ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਕੋਈ ਵੀ ਇੱਕ ਬੰਦਾ ਵੀ ਮੈਨੂੰ ਜੇ ਕੋਈ ਵੀ ਕਿਤੇ ਬੈਠਾ ਦੇਖ ਰਿਹਾ ਤਾਂ ਉਹ ਮੋਟੀਵੇਟਿਡ ਫੀਲ ਕਰੇ ਉਹਨੂੰ ਇਦਾਂ ਲੱਗੇ ਕਿ ਜੇ ਇਹ ਕਰ ਸਕਦਾ ਤਾਂ ਅਸੀਂ ਵੀ ਕਰ ਸਕਦੇ ਆ ਇਸ ਲਾਈਨ ਦੇ ਵਿੱਚ ਆਉਣ ਦੇ ਲਈ ਤੁਹਾਨੂੰ ਸਭ ਤੋਂ ਵੱਧ ਸਪੋਰਟ ਕਿੰਨਾ ਨੇ ਕੀਤਾ ਜਿੱਦਾਂ ਹੁਣ ਮੂਵੀਜ਼ ਦੇ ਵਿੱਚ ਆਪਾਂ ਆਨੇ ਆ ਜਾਂ ਗੀਤਾਂ ਦੇ ਵਿੱਚ ਆਨੇ ਬਹੁਤ ਜ਼ਿਆਦਾ ਨੈਗੇਟਿਵ ਪੁਆਇੰਟ ਮਿਲਦੇ ਨੇ ਆਪਾਂ ਨੂੰ ਤੇ ਸਭ ਤੋਂ ਵੱਧ ਸਪੋਰਟ ਕਿੰਨਾ ਦੇ ਰਹੀ ਆ ਤੁਹਾਨੂੰ ਜਦੋਂ ਮੈਂ ਇਸ ਇੰਡਸਟਰੀ ਦੇ ਵਿੱਚ ਆਇਆ ਸੀਗਾ ਪੰਜਾਬੀ ਇੰਡਸਟਰੀ 'ਚ ਸਭ ਤੋਂ ਪਹਿਲਾਂ ਜੈਸੀ ਗਿਲ ਵੀਰੇ ਨੇ ਮੈਂ ਉਹਨਾਂ ਦੇ ਨਾਲ ਫੋਨ ਤੇ ਗੱਲ ਕੀਤੀ ਸੀ ਉਸ ਤੋਂ ਬਾਅਦ ਫਿਰ ਹਰਕਿੰਦਰ ਖਹਿਰਾ ਭਾਈ ਜਿੰਨ੍ਹਾਂ ਨੇ ਮੇਰਾ ਸ਼ੋਅ ਬਣਾਇਆ ਸੀ ਜਿੰਨਾ ਕਰਕੇ ਮੈਨੂੰ ਲੋਕਾਂ ਨੇ ਪਛਾਣ ਦਿੱਤੀ ਐਂਡ ਅਮਨਾ ਸੀਗਾ ਮੇਰਾ ਇੱਕ ਦੋਸਤ ਜਿਹਦੇ ਕਰਕੇ ਮੈਂ ਇੱਥੇ ਰਹਿਣ ਲੱਗਿਆ ਕਿਉਂਕਿ ਕਿਰਾਇ ਉਸ ਤੋਂ ਬਾਅਦ ਫਿਰ ਕੰਮ ਤੁਰ ਪਿਆ ਫਿਰ ਤਾਂ ਪਰਮਾਤਮਾ ਨੇ ਮਿਹਰ ਕੀਤੀ ਇੱਕ ਸਵਾਲ ਹੋਰ ਆ ਕਿ ਕਦੀ ਐਦਾਂ ਹੋਇਆ ਤੁਹਾਡੇ ਨਾਲ ਤੁਸੀਂ ਮਿਹਨਤ ਬਹੁਤ ਕੀਤੀ ਆ ਮੂਵੀ ਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਕੀਤੀ ਆ ਪਰ ਫਿਰ ਵੀ ਕਿਸੇ ਤੋਂ ਤੁਸੀਂ 네ਗੇਟਿਵ ਪੁਆਇੰਟ ਸੁਣਿਆ ਕਿ ਕੋਈ ਖਾਸ ਨਹੀਂ ਸੀਗਾ ਨਾ ਤੇ ਜੇ ਕਦੀ ਐਦਾਂ ਸੁਣਿਆ ਤਾਂ ਕਿੱਦਾਂ ਦਾ ਫੀਲ ਹੁੰਦਾ ਫਿਰ ਤੁਹਾਨੂੰ ਨਹੀਂ ਐਦਾਂ ਦਾ ਨਹੀਂ ਮੈਂ ਸੁਣਿਆ ਕਿਸੇ ਤੋਂ ਕਿ ਕੁਝ ਖਾਸ ਨਹੀਂ ਸੀਗਾ ਕਿਉਂਕਿ ਪਰਮਾਤਮਾ ਜਿਹੜਾ ਨਾ ਉਹ ਤੁਹਾਡੇ ਕੋਲੋਂ ਓਨੀ ਮਿਹਨਤ ਕਰਵਾ ਲੈਂਦਾ ਜਦੋਂ ਤੁਸੀਂ ਜਾਂ ਤਾਂ ਮੈਂ ਅ ਕੱਲ ਸੋਚੀ ਹੋਈ ਫਿਲਮ ਬਣਾਉਣੀ ਆ ਤਾਂ ਮੈਂ ਅੱਜ ਬਣਾਤੀ ਹੋਈ ਫਿਰ ਇਦਾਂ ਦੀਆਂ ਗੱਲਾਂ ਹੋ ਸਕਦੀਆਂ ਜਦੋਂ ਤੁਹਾਨੂੰ ਪਰਮਾਤਮਾ ਪਹਿਲਾਂ 10 ਸਾਲ ਇੰਡਸਟਰੀ ਚ ਹੰਡਾਉਣ ਲਈ ਕਹਿੰਦਾ ਫਿਰ ਤੁਸੀਂ ਹੰਡਾਉਨੇ ਹੰਡਾ ਕੇ ਫਿਰ ਤੁਹਾਡੇ ਕੋਲੋਂ ਇੰਨੀ ਕੁ ਮਿਹਨਤ ਕਰਵਾ ਲੈਂਦਾ ਕੋਈ ਇਦਾਂ ਨਹੀਂ ਕਹਿੰਦਾ ਕਿ ਖਾਸ ਨਹੀਂ ਸੀ ਕਹਾਣੀ ਨੂੰ ਨਿੰਦ ਸਕਦੇ ਨੇ ਲੋਕ ਕਿਸੇ ਹੋਰ ਚੀਜ਼ ਨੂੰ ਨਿੰਦ ਸਕਦੇ ਨੇ ਪਰ ਤੁਹਾਡੇ ਕੰਮ ਨੂੰ ਜਿਹੜਾ ਨਿੰਦਣਾ ਹੁੰਦਾ ਉਹ ਜਿਹੜੇ ਲੋਕਾਂ ਨੂੰ ਪਤਾ ਹੈ ਉਹ ਨਹੀਂ ਨਿੰਦਦੇ ਜੇ ਤੁਸੀਂ ਮੈਨੂੰ ਪੁੱਛੋ ਕਿ ਬਹੁਤ ਮਿਹਨਤ ਕੀਤੀ ਹੋਵੇ ਤੇ ਉਹ ਪੂਰੀ ਨਾ ਹੋਈ ਹੋਵੇ ਤੁਹਾਨੂੰ ਇਦਾਂ ਲੱਗਦਾ ਜੇ ਤੁਹਾਡਾ ਸਵਾਲ ਇਹ ਹੁੰਦਾ ਤੇ ਮੈਂ ਕਹਿੰਦਾ ਹਾਂ ਕਿ ਅਸੀਂ ਸ਼ੂਟਰ ਬਹੁਤ ਵਧੀਆ ਫਿਲਮ ਬਣਾਈ ਸੀ ਉਹ ਥੀਏਟਰ ਚ ਲੱਗਣੀ ਚਾਹੀਦੀ ਸੀ ਉਹ ਨਹੀਂ ਲੱਗੀ ਥੀਏਟਰ ਚ ਸੋ ਬਸ ਉਸ ਚੀਜ਼ ਦਾ ਹੀ ਆ ਹੋਰ ਕਿਸੇ ਚੀਜ਼ ਦਾ ਨਹੀਂ ਤੇ ਜੇ ਸਭ ਤੋਂ ਵੱਡੀ ਗੱਲ ਕਰੀ ਟ੍ਰੇਲਰ ਦੀ ਟ੍ਰੇਲਰ ਜਦੋਂ ਮਤਲਬ ਕਿ ਰਿਲੀਜ਼ ਹੋਇਆ ਟ੍ਰੇਲਰ ਪਾਇਆ ਜਾਂਦਾ ਤਾਂ ਉਸ ਦੇ ਵਿੱਚ ਤੁਹਾਨੂੰ ਕਿੰਨੀ ਕੁ ਮੀ ਸੀ ਕਿੰਨਾ ਕੁ ਪਿਆਰ ਉਸ ਨੂੰ ਮਿਲ ਸਕਦਾ ਤੇ ਹੁਣ ਤੱਕ ਕਿੰਨਾ ਕੁ ਪਿਆਰ ਮਿਲਿਆ ਜਾਨੀ ਕਿ ਮੂਵੀ ਦੇ ਰਿਲੀਜ਼ ਹੋਣ ਤੋਂ ਪਹਿਲਾਂ ਪਹਿਲਾਂ ਅਸੀਂ ਨਾ ਇਸ ਫਿਲਮ ਲਈ ਸਾਰੀ ਮਤਲਬ ਦਿਨ ਰਾਤ ਲਾਇਆ ਸੀ ਸੋ ਸਾਨੂੰ ਰੱਬ ਤੇ ਬੜਾ ਭਰੋਸਾ ਸੀ ਮੈਂ ਨਹੀਂ ਕਹਿੰਦਾ ਕਿ ਅਸੀਂ ਬਣਾ ਤਾ ਤੇ ਸਿਰ ਲੱਗ ਗਿਆ ਜੀ ਉਹ ਇਹ ਗੱਲਾਂ ਨਹੀਂ ਮੈਂ ਕਰਦਾ ਅਸੀਂ ਦਿਨ ਰਾਤ ਲਾਇਆ ਸੀ ਸਾਡੀ ਮਿਹਨਤ ਜਿਹੜੀ ਉਹ ਪ੍ਰਮਾਤਮਾ ਨੂੰ ਪਤਾ ਸੀ ਸੋ ਪ੍ਰਮਾਤਮਾ ਨੇ ਜਿਹੜੀ ਚੀਜ਼ ਆਉਟਪੁੱਟ ਕੱਢ ਕੇ ਲੈਂਦੀ ਸੀ ਅਸੀਂ ਉਸ ਤੋਂ ਖੁਸ਼ ਸੀਗੇ ਪਰ ਉਹ ਚੀਜ਼ ਦੀ ਜਿਹੜੀ ਸੈਟੀਸਫੈਕਸ਼ਨ ਆ ਉਦੋਂ ਹੀ ਹੁੰਦੀ ਹੈ ਜਦੋਂ ਤੁਹਾਡੀ ਚੀਜ਼ ਲੋਕਾਂ ਅੱਗੇ ਆਉਂਦੀ ਹੈ ਸੋ ਜਦੋਂ ਲੋਕਾਂ ਅੱਗੇ ਉਹ ਚੀਜ਼ ਗਈ ਤੇ ਲੋਕਾਂ ਨੇ ਵੀ ਉਹਨੂੰ ਪਿਆਰ ਦਿੱਤਾ ਸੋ ਇਹ ਸਾਰੀ ਪ੍ਰਮਾਤਮਾ ਦੀ ਕਿਰਪਾ ਹੀ ਸੀਗੀ ਕਿ ਅਸੀਂ ਉਸ ਚੀਜ਼ ਨੂੰ ਕਰਨ ਦੇ ਕਾਬਿਲ ਹੋਏ ਅਸੀਂ ਉਹ ਚੀਜ਼ ਕੀਤੀ ਉਹਦਾ ਰਿਜ਼ਲਟ ਆਇਆ ਫਿਰ ਲੋਕਾਂ ਨੂੰ ਵੀ ਉਹ ਚੀਜ਼ ਪਸੰਦ ਆਈ ਇੱਕ ਸਵਾਲ ਦੋਨਾਂ ਕੁਈ ਐਦਾਂ ਦੀ ਗੱਲਬਾਤ ਹੋਈ ਹੋਵੇ ਜਿਹਦੇ ਵਿੱਚ ਜਾਂ ਤਾਂ ਬਹੁਤ ਜ਼ਿਆਦਾ ਗੁੱਸਾ ਆਇਆ ਹੋਵੇ ਜਾਂ ਬਹੁਤ ਜ਼ਿਆਦਾ ਹਾਸਾ ਆਇਆ ਹੋਵੇ ਅੱਧੀ ਫਿਲਮ 'ਚ ਤਾਂ ਮੈਂ ਬਹੁਤ ਜ਼ਿਆਦਾ ਗੁੱਸੇ 'ਚ ਹੀ ਆਂ ਸੋ ਗੁੱਸਾ ਸੀਨ ਨਾਲ ਜੀ ਬਹੁਤ ਆ ਹਨਾ ਪਰ ਜਿਹੜੀ ਅੱਧੀ ਪਹਿਲੇ ਵਾਲੀ ਉਹ 'ਚ ਮੈਂ ਬਹੁਤ ਸ਼ਰੀਫ ਆ ਉਦੋਂ ਮੈਨੂੰ ਉਦੋਂ ਮੈਂ ਹੱਸਦਾ ਹੀ ਰਹਿਣਾ ਖੁਸ਼ ਹੀ ਰਹਿਣਾ ਜੋ ਮੈਨੂੰ ਕੋਈ ਬੇਵਕੂਫੀ ਬਣਾਉਂਦਾ ਤਾਂ ਮੈਂ ਖੁਸ਼ ਹੀ ਰਹਿਣਾ ਸੋ ਇਹ ਦੋਵੇਂ ਚੀਜ਼ਾਂ ਹੈਗੀਆਂ ਫਿਲਮ 'ਚ ਤੇ ਮੈਂ ਤੁਸੀ ਦੱਸੋ ਇਹੀ ਸਵਾਲ ਤੁਹਾਨੂੰ ਵੀ ਹੈ ਵੀ ਮੂਵੀ ਦੇ ਜਦੋਂ ਸ਼ੂਟ ਹੋਉਂਦੀ ਆ ਕੋਈ ਐਦਾਂ ਦੀ ਗੱਲਬਾਤ ਹੋਈ ਹੋਵੇ ਜਿਹਦੇ ਵਿੱਚ ਤੁਹਾਨੂੰ ਬਹੁਤ ਜ਼ਿਆ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਆ। ਨਹੀਂ ਕੋਈ ਤਾਂ ਇਦਾਂ ਨਹੀਂ ਹੋ ਗਈ ਤੁਸੀਂ ਸ਼ੇਅਰ ਨਹੀਂ ਕਰਨਾ ਚਾਹੁੰਦੇ। ਅਸਲ ਸੁਣਾਓ ਮੈਨੂੰ ਨਾ ਚਾਓ। ਨਾ ਇਦਾਂ ਦਾ ਕੁਛ ਵੀ ਨਹੀਂ ਆ। ਅਸੀਂ ਹਾਂ। ਉਹ ਪਹਿਲਾਂ ਵੀ ਇਦਾਂ ਹੀ ਤੇ ਜਿੰਨੇ ਵੀ ਅਸੀਂ ਸੀਨ ਕੀਤੇ ਆ ਬਸ ਅਸੀਂ ਉਦੋਂ ਹੀ ਸੈੱਟ ਤੇ ਮਿਲਦੇ ਸੀ। ਆਦਰਵਾਇਸ ਅਸੀਂ ਮਿਲੇ ਨਹੀਂ ਇੰਨਾ ਜ਼ਿਆਦਾ ਤੇ ਬਾਕੀ ਜੇ ਮੈਂ ਆਪਦੀ ਗੱਲ ਕਰਾਂ ਨਹੀਂ ਮੈਂ ਇਦਾਂ ਦਾ ਕੁਛ ਵੀ ਨਹੀਂ ਹੋਇਆ ਕਿ ਜੇ ਮੈਂ ਕਹਾਂ ਕਿ ਮੈਨੂੰ ਕਿਸੇ ਚੀਜ਼ ਨੇ ਬਹੁਤ ਗੁੱਸਾ ਚੜਾਇਆ। ਤੇ ਯਾ ਮੈਨੂੰ ਬਹੁਤ ਹਸਾਇਆ ਨਿਊਟਰਲ ਸੀ ਸਾਰਾ ਕੁਝ ਬਾਈਬਨ ਜੀ ਇੱਕ ਗੱਲ ਹੋਰ ਜਿੱਦਾਂ ਹੁਣ ਇਸ ਮੂਵੀ ਦੇ ਵਿੱਚ ਤੁਸੀਂ ਸੈਡ ਹੋ ਤੇ ਲੋਕ ਜੱਜ ਕਰਦੇ ਨੇ ਤੁਹਾਨੂੰ ਪਤਾ ਜੱਜ ਕਰਨ ਤਾਂ ਹਟਦੇ ਨਹੀਂ ਚਾ ਕੋਈ ਚੰਗਾ ਚਾ ਕੋਈ ਮਾੜਾ ਨਾ ਤੇ ਲੋਕ ਕਹਿ ਦਿੰਦੇ ਨੇ ਐਟੀਟਿਊਡ ਆ ਆਕੜਾ ਰੀਅਲ ਲਾਈਫ ਦੇ ਵਿੱਚ ਤੁਸੀਂ ਫਿਰ ਕਿਦਾਂ ਦੇ ਇਹ ਵੀ ਦੱਸ ਦੋਗੇ ਨਾ ਮੈਨੂੰ ਸਾਰੇ ਕਹਿੰਦੇ ਆਈ ਚੀਜ਼ ਕਿ ਇਹਦੇ ਵਿੱਚ ਬਹੁਤ ਜ਼ਿਆਦਾ ਐਟੀਟਿਊਡ ਆ ਨਹੀਂ ਅਸੀਂ ਨਹੀਂ ਕਹਿੰਦੇ ਬਸ ਇਹ ਸਮਝ ਨਹੀਂ ਮੈਂ ਨਹੀਂ ਤੁਸੀਂ ਸਵਾਲ ਕੀਤਾ ਮੇਰੇ ਤੱਕ ਤਾਂ ਪਹੁੰਚ ਹੀ ਜਾਂਦੀ ਆ ਉਹ ਚੀਜ਼ ਨਾ ਇੰਡਸਟਰੀ 'ਚ ਵੀ ਕਈ ਜਣੇ ਕਹਿ ਦਿੰਦੇ ਆ ਇਹਦੇ 'ਚ ਈਗੋ ਆ ਪ੍ਰੋਬਲਮ ਆ ਪਤਾ ਨਹੀਂ ਕੀ ਸੋਚਦੇ ਆ ਸ਼ਾਇਦ ਮੈਂ ਉਹਨਾਂ ਜਿਆਦਾ ਵਿਚਰਦੀ ਨਹੀਂ ਹੈਗੀ ਉਹਨਾਂ ਨੂੰ ਮਾਈਟ ਬੀ ਇਸ ਕਰਕੇ ਲੱਗਦਾ ਆ ਪਰ ਇਦਾਂ ਦਾ ਕੁਝ ਨਹੀਂ ਆ ਮੈਨੂੰ ਲੱਗਦਾ ਮੈਂ ਥੋੜੀ ਜੀ ਬਲੰਟ ਆ ਇਸ ਕਰਕੇ ਮੈਂ ਜਿਆਦਾ ਨਹੀਂ ਜਾਂਦੀ ਮੈਨੂੰ ਇਦਾਂ ਹੁੰਦਾ ਕਿ ਜੇ ਮੈਂ ਕੁਝ ਮੂੰਹ ਤੇ ਕਹਿ ਤਾ ਅਗਲੇ ਨੂੰ ਗੁੱਸਾ ਨਾ ਲੱਗ ਜਾਈ ਉਸ ਤੋਂ ਜ਼ਿਆਦਾ ਬੈਟਰ ਆ ਪਿੱਛੇ ਰਹਿਣਾ ਕਿਸਰ ਮੂਵੀ ਦਾ ਨਾਮ ਮੈਡਲਾ ਮਤਲਬ ਕਿ ਆਪਾਂ ਇੱਕ ਹਰ ਇੱਕ ਚੀਜ਼ ਦੀ ਸੋਚ ਹੁੰਦੀ ਆ ਆਪਣੇ ਮੈਡਲ ਨਾਮ ਰੱਖਿਆ ਕਿਉਂ ਗਿਆ ਕਿਉਂਕਿ ਉਸ ਮੁੰਡੇ ਦਾ ਸੁਪਨਾ ਸੀ ਮੈਡਲ ਜਿੱਤਣਾ ਤੋ ਉਹਨੇ ਸੁਪਨਾ ਦੇਖਿਆ ਸੀ ਇਸ ਕਰਕੇ ਤੇ ਤੁਸੀਂ ਫਿਰ ਮੈਡਲ ਮੂਵੀ ਦਾ ਨਾਮ ਤਾਂ ਰੱਖਿਆ ਤੇ ਰੀਅਲ ਲਾਈਫ ਦੇ ਵਿੱਚ ਕਿੰਨੇ ਕੁ ਮੈਡਲ ਹਾਸਲ ਕੀਤੇ ਨੇ ਮੇਰੇ ਕੋ ਹੈਗੇ ਜੀ 63 64 ਮੈਡਲ ਨਹੀਂ ਨਹੀਂ ਤੁਸੀਂ ਕੀ ਕਹਿ ਰਹੇ ਸੀ 64 ਜਾਨਕੀ ਮਤਲਬ ਕਿ ਇੱਧਰ ਗਿਣਤੀ ਆ ਨਹੀਂ ਨਹੀਂ ਉਹ ਇੰਟਰਵਿਊ ਚ ਅੱਗੇ ਵੀ ਪੁੱਛਿਆ ਉਹਨਾਂ ਨੇ ਕਿ ਕਿੰਨੇ ਆ ਤੇ ਕਿੰਨੇ ਮੈਡਲ ਜਿੱਤੇ ਤੁਸੀਂ ਹੂੰ ਤੇ ਤੁਹਾਡਾ ਹੁਣ ਬੰਨਜੀ ਦੇ ਵਾਸਤੇ ਤੁਹਾਡੇ ਸਾਹਮਣੇ ਬੈਠੇ ਨੇ ਮੈਂ ਸਾਹਮਣੇ ਪੁੱਛ ਲਿਆ ਐਕਸਪੀਰੀਅੰਸ ਕਿਦਾਂ ਦਾ ਰਿਹਾ ਆਪਸੇ ਤੁਹਾਡਾ ਮੂਵੀ ਦੇ ਵਿੱਚ ਬਹੁਤ ਵਧੀਆ ਰਿਹਾ ਮੈਂ ਹਮੇਸ਼ਾ ਗੱਲ ਕਹਿੰਦਾ ਕਿ ਐਕਟਰ ਦਾ ਐਕਸ਼ਨ ਜਿਹੜਾ ਹੈ ਉਹ ਰਿਐਕਸ਼ਨ ਤੇ ਡਿਪੈਂਡ ਕਰਦਾ ਸੋ ਸਾਡੇ ਜਿੰਨੇ ਵੀ ਸੀਨ ਸੀਗੇ ਫਿਲਮ ਦੇ ਵਿੱਚ ਸੋ ਬਹੁਤ ਵਧੀਆ ਹੋਇਆ ਜਿਹੜਾ ਤੁਸੀਂ ਰਿਜ਼ਲਟ ਦੇਖੋਗੇ ਸਕਰੀਨ ਦੇ ਉੱਤੇ ਉਹ ਵਧੀਆ ਲੱਗੂਗਾ ਉਹ ਵਧੀਆ ਤਾਂ ਹੀ ਆਊਗਾ ਜੇ ਰਿਐਕਸ਼ਨਸ ਅਗੋਂ ਗੁੱਡ ਸੀਗੇ ਸੋ ਵਧੀਆ ਰਿਹਾ ਜੀ ਤੇ ਬੰਨਜੀ ਮੈਂ ਤੁਹਾਡੇ ਤੋਂ ਇੱਕ ਗਾਣਾ ਸੁਣਨਾ ਜ਼ਰੂਰ ਮੈਂ ਚਾਹੁੰਦੀ ਆ ਵੀ ਤੁਸੀਂ ਦੋ ਬੋਲੀ ਸੁਣਾ ਦਿਓ ਜਾਈਂ ओके ਹਲ ਸਾਡਾ ਸ਼ਾਮ ਵੀ 6 ਵਜੇ ਰਿਲੀਜ਼ ਹੋਣਾ ਗਾਣਾ ਉਹ ਢੋਲ ਵਜਾ ਰਹੇ ਆ ਮਸਰ ਉਹ ਵਜਾ ਲੈਣਗੇ ਤੇ ਮਨ ਕਰਤ ਭਈ ਨਾ ਆ ਰਿਹਾ ਮੇਰਾ ਗਾਣਾ ਕੌਣ ਦਬੌਦਾ ਤੈਨੂੰ ਐਵੇਂ ਲਪੇ ਬਹਾਨੇ ਵੇ ਤੀਜੇ ਪਿੰਡ ਦਾ ਰੌਣਾ ਵਿੱਚ ਤੂੰ ਜਾਣ ਕੇ ਜਾਣਾ ਵੇ ਤੀਜੇ ਪਿੰਡ ਦਾ ਰੌਣਾ ਵਿੱਚ ਤੂੰ ਜਾਣ ਕੇ ਜਾਣਾ ਵੇ ਨਾ ਕਰੋ ਯਾ ਪਲੀਜ਼ ਨਾ ਕਰੋ ਨਾ ਕਰੋ ਕਹੋ ਯਾਰ ਚਲੋ ਮੁਕਿੰਨੇ ਕਰਾਵਾ ਦੇਖ ਲੋ ਵੀਰ ਜੱਤ ਕੱਤਾ ਐ ਕੋਨਾ ਮੂਵੀ ਦੇ ਵਿੱਚ ਜਿਵੇਂ ਆਪਾਂ ਕੋਈ ਹਨਾ ਉਹ ਕਰਦੇ ਇੰਟਰਵਿਊ ਕਰਦੇ ਕੋਈ ਨਾ ਕੋਈ ਹਾਸੇ ਵਾਲੀ ਗੱਲ ਹੁੰਦੀ ਆ ਤੇ ਇੱਕ ਵਾਰੀ ਦੁਬਾਰਾ ਸਟਾਰਟਿੰਗ ਤੋਂ ਕਰ ਦੋ ਹਾਂ ਮੈਂ ਹੋਰ ਦਮ ਕਰੋ ਤੁਸੀਂ ਪਹਿਲਾਂ ਉੱਠ ਕੇ ਝਲਚੋਈ ਤੂੰ ਉਹਦਾ ਸੀ ਸੱਟ ਤੇ ਨਹੀਂ ਹੱਸੇ ਇਦਾਂ ਹੀ ਜਿੰਨਾ ਮੈਂ ਲੱਗਦੀ ਆ ਉੱਥੇ ਹਾਸਾ ਮਖਾਲ ਹੋ ਜਾਂਦਾ ਕੌਣ ਦਬੌਦਾ ਤੈਨੂੰ ਐਵੇਂ ਲੱਭੇ ਬਹਾਨੇ ਵੇ ਤੀਜੇ ਪੜਦਾ ਰੌਲਾ ਵਿੱਚ ਤੂੰ ਜਾਣ ਕੇ ਜਾਣੇ ਵੇ ਤੇਜੇ ਪਿੰਡ ਦਾ ਰੋਣਾ ਵਿੱਚ ਤੂੰ ਜਾਣ ਕੇ ਜਾਣਾ ਵੇ ਵਹਿਰੀਆਂ ਦੇ ਪਿੰਡ ਪੱਕੀਆਂ ਭੂਲੇ ਸਲਵਾਤੀ ਤੂੰ ਸ਼ੂਕੇ ਬਲੈ ਰੋਪਲਸ ਦੀ ਜੱਟਾ ਫੜਿਆ ਜਾਵੇਂਗਾ ਤੇਰਾ ਲੱਕੀ ਨੰਬਰ 7 ਤੈਨੂੰ ਕਦੋਂ ਤੱਕ ਬਚਾਵੇਗਾ ਮੈਂ ਲਿਖ ਕੇ ਦੇਨੀ ਪੱਕਾ 302 ਲਵਾਵੇਂਗਾ ਤੇ ਇਹ ਗਾਣਾ ਤਾਂ ਦੇਖੋ ਬਹੁਤ ਸੋਹਣਾ ਤੁਹਾਡਾ ਨਾ ਬਹੁਤ ਥੋੜੀ ਆਵਾਜ਼ ਤਾਂ ਥੋੜੀ ਵੈਸੀ ਸੋਹਣੀ ਆ ਨਾ ਪਹਿਲਾਂ ਵੀ ਗਾਣੇ ਸੁਣਦਾ ਤੁਹਾਡੀ ਇੱਕ ਮਤਲਬ ਕਿ ਮੈਨੂੰ ਸਟਾਰ ਦੀ ਤੁਹਾਡਾ ਇੱਕ ਗਾਣਾ ਆ ਸੀਗਾ ਮੈਨੂੰ ਕਿਸੇ ਨੇ ਵੀਡੀਓ ਭੇਜੀ ਤੁਹਾਡੀ ਮੈਂ ਇੱਕ ਨਾਰਮਲ ਤੁਹਾਨੂੰ ਗੱਲ ਦੱਸਦੀ ਆ ਤੇ ਮੈਨੂੰ ਕਹਿੰਦੇ ਵੀ ਇੱਕ ਕੁੜੀ ਦੀ ਹਾਈਟ ਦੇਖ ਗਿੱਡੀ ਵੱਡੀ ਹਨ ਇਹਦੇ ਬਾਵਾ ਮਾ ਦੇਖ ਤੁਹਾਡੀ ਬਾਵਾ ਵੀ ਦਿਖਾ ਦਿਓ ਜਰੂਰ ਕਹਿੰਦੇ ਬਾਵਾ ਇਡੀਓ ਵੱਡੀਆਂ ਵੱਡੀਆਂ ਨੇ ਤੇ ਇਹ ਕਹਿੰਦੇ ਕਿ ਮੈਨੂੰ ਹਾਈਟ ਲੰਬੀ ਆ ਸੱਚੀ ਤੁਹਾਡਾ ਨਾ ਤੇ ਕਹਿੰਦੇ ਮੈਂ ਬਹੁਤ ਸੋਹਣਾ ਆ ਹਾਈਟ ਲੰਬੀ ਆ ਸਾਰੇ ਕਹਿੰਦੇ ਆ ਪਰ ਸਾਡੀ ਨਿਕ ਐਵਰੇਜ ਹਾਈਟ ਆ ਮੇਰੀ ਸਿਸਟਰਸ ਦੀ ਵੀ ਇੰਨੀ ਕ ਹੈਗੀ ਆ ਮੇਰੀਆਂ ਭੂਆ ਮੇਰੇ ਤੋਂ ਵੀ ਲੰਬੀਆਂ ਆ ਤੇ ਇਸ ਤੋਂ ਬਾਅਦ ਜਾਨਕੀ ਜਿਵੇਂ ਆਪਾਂ ਕਹਦੇ ਵੀ ਅੱਗੇ ਕੀ ਸੋਚਿਆ ਅੱਗੇ ਦੀ ਲਾਈਫ ਬਾਰੇ ਵੀ ਜਿਵੇਂ ਹੁਣੇ ਮੂਵੀ ਤੁਹਾਡੀ ਰਿਲੀਜ਼ ਹੋ ਰਗੀ ਕਿਦਾਂ ਦਾ ਤੁਹਾਡਾ ਮਤਲਬ ਕਿ ਇੱਕ ਕਹਿੰਦੇ ਨੇ ਰਿਜ਼ਲਟ ਆਉਣ ਤੋਂ ਪਹਿਲਾਂ ਆਪਾਂ ਨੂੰ ਡਰ ਵੀੰਦਾ ਹਾਇ ਅਸੀਂ ਫੇਲ ਹੋਵਾਂਗੇ ਕਿ ਪਾਸ ਹੋਵਾਂਗੇ ਕੋਈ ਐਦਾਂ ਦਾ ਮਨ ਦੇ ਵਿੱਚ ਹੋਵੇ ਡਰ ਤਿੰਨ ਦਿਨ ਰਹਿ ਗਿਆ ਮੂਵੀ ਦੇਖਣ ਦਾ ਡਰ ਨਹੀਂ ਹੈਗਾ ਠੀਕ ਆ ਸਾਰਾ ਕੁਝ ਟੰਗਾ ਹੀ ਹੋਊਗਾ ਪੋਜ਼ਿਟਿਵ ਮਿਹਨਤ ਕੀਤੀ ਹੋਈ ਆ ਤੇ ਹਾਂਜੀ ਤੇ ਤੁਸੀਂ ਦੱਸੋ ਇਹ ਹੀ ਗੱਲ ਮਤਲਬ ਕਿ ਰਿਜ਼ਲਟ ਆਪਾਂ ਐਗਜ਼ਾਮ ਦੇ ਦਾਨਾ ਐਗਜ਼ਾਮ ਦੇਣ ਤੋਂ ਬਾਅਦ ਆਪਣਾ ਰਿਜ਼ਲਟ ਆਉਣਾ ਹੁੰਦਾ ਤਾਂ ਕਿੱਦਾਂ ਲੱਗਦਾ ਵੀ ਹਾਏ ਹੁਣ ਸਾਡਾ ਮਤਲਬ ਕਿ ਮੂਵੀ ਰਿਲੀਜ਼ ਹੋ ਜਾਂਦੀ ਤੁਹਾਡੇ ਤਾਂ ਪਹਿਲਾਂ ਆ ਚੁੱਕੇ ਨੇ ਮੂਵੀਆਂ ਨਾ ਕਾਫੀ ਤੇ ਇਸ ਦੇ ਵਿੱਚ ਤੁਹਾਨੂੰ ਕਿੱਦਾਂ ਲੱਗਦਾ ਕਿੱਦਾਂ ਦਾ ਰਿਜ਼ਲਟ ਆ ਸਕਦਾ ਉਹ ਨਾਲੇ ਸਮੇਂ ਦੇ ਵਿੱਚ ਜਦੋਂ ਆਪਾਂ ਐਗਜ਼ਾਮ ਦਿੰਦੇ ਨਾ ਉਦੋਂ ਆਪਾਂ ਨੂੰ ਪਤਾ ਹੁੰਦਾ ਕਿਨੇ ਨੰਬਰ ਦਾ ਪੇਪਰ ਕੀਤਾ ਸੋ ਅਸੀਂ ਆਪਦੇ ਵੱਲੋਂ ਤਾਂ 100 ਬਟਾ 100 ਹੀ ਨੰਬਰਾਂ ਦਾ ਪੇਪਰ ਕੀਤਾ ਪਰ ਉਹਦਾ ਰਿਜ਼ਲਟ ਜਿਹੜਾ ਉਹ ਆਡੀਅנס ਦੱਸਦੀ ਹੈ ਹਮੇਸ਼ਾ ਕਿਉਂਕਿ ਇਦੇ ਵਿੱਚ ਇਹ ਇਦਾਂ ਦੀ ਲਾਈਨ ਆ ਆਪਣੀ ਇੰਡਸਟਰੀ ਇਦਾਂ ਦੀ ਲਾਈਨ ਆ ਜਿਹੜੀ ਪਰਮਾਤਮਾ ਦੇ ਹੱਥ ਤੇ ਲੋਕਾਂ ਦੇ ਹੱਥ 'ਚ ਆ ਇਕਲੌਤਾ ਹੀ ਐਸਾ ਕੰਮ ਆ ਬੰਦੇ ਦੀ ਜ਼ਿੰਦਗੀ 'ਚ ਜਾਂ ਕੋਈ ਤੁਸੀਂ ਦੁਨੀਆ ਦੇ ਕੋਈ ਵੀ ਕੰਮ ਕਰ ਲੋ ਉਹਦਾ ਹੱਥ ਕਿਸੇ ਨੇ ਕਿਤੇ ਤੁਹਾਡੇ ਦੇ ਕੰਟਰੋਲ ਰਹੂਗਾ ਪਰ ਇਸ ਚੀਜ਼ ਦੇ ਵਿੱਚ ਕਿਤੇ ਕੋਈ ਤੁਹਾਡਾ ਕੰਟਰੋਲ ਨਹੀਂ ਹੈ ਸਾਰਾ ਦਾ ਸਾਰਾ ਹੀ ਪਰਮਾਤਮਾ ਦੇ ਤੇ ਲੋਕਾਂ ਦੇ ਹੱਥ 'ਚ ਆ ਸੋ ਅਸੀਂ ਇਹਦੇ 'ਚ ਬੇਨਤੀ ਕਰ ਸਕਦੇ ਹਾਂ ਕਿ ਤੁਸੀਂ ਜ਼ਰੂਰ ਸਾਡੀ ਫਿਲਮ ਨੂੰ ਦੇਖ ਕੇ ਆਇਓ ਅਸੀਂ ਜਿਹੜਾ ਪੇਪਰ ਕੀਤਾ ਇਸ ਫਿਲਮ ਦਾ ਉਹ 100 ਚ 101 ਵਾਲੇ ਕੀਤਾ ਜੀ 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 ਜੀ